ਵਿਆਹ ਸਮਾਗਮ ਖਤਮ ਹੋਣ ਤੋਂ ਬਾਅਦ ਐਤਵਾਰ ਸ਼ਾਮ ਨੂੰ ਬਰਾਤ ਲੈ ਕੇ ਜਾ ਰਹੀ ਇੱਕ ਬੱਸ ਨਹਿਰ ਵਿੱਚ ਜਾ ਡਿੱਗੀ ਜਿਸ ਕਾਰਨ ਬੱਸ ਵਿੱਚ ਬੈਠੀ ਬਰਾਤ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਬਰਾਤੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ ਅਤੇ ਉਹਨਾਂ ਨੂੰ ਇਲਾਜ ਲਈ CHE ਹਸਪਤਾਲ ਸਿੰਘੋਵਾਲ ਵਿਖੇ ਦਾਖਲ ਕਰਵਾਇਆ ਗਿਆ। ਸਰ ਮੈਂ ਡਿਊਟੀ ਤੇ ਹੀ ਨਹਿਰ ਦੇ ਆਪਣੇ ਇਹ ਬੱਸ ਮਤਲਬ ਆਪਣੇ ਪੱਧਰੋਂ ਆਈ ਹੈ ਦੀਨਾਨਗਰ ਸਾਈਡ ਤੋਂ ਇਹਨੇ ਮਤਲਬ ਪਾਉਣੀ ਸੀ ਦੂਜੀ ਸ਼ਹਿਰ 'ਚ ਪਾਲੀ ਦੂਜੀ ਸ਼ਹਿਰ 'ਚ ਇਹਨੇ ਮਤਲਬ ਡਰਿੰਕ ਕੀਤੀ ਹੋਈ ਹੈ ਉੱਥੇ ਵੀ ਮਤਲਬ ਪਹਿਲੇ ਹੈਡ ਦੇ ਉੱਤੇ ਸੁੱਟ ਦਾ ਲੱਗਾ ਸੀ ਬੱਸ ਸਾਈਕਲ ਵਾਲੇ ਨੇ ਬਹੁਤ ਮੁਸ਼ਕਲ ਬਚਾ ਕੀਤਾ ਇਹਦਾ ਮਤਲਬ ਅੱਗੇ ਆ ਕੇ ਮਤਲਬ 30-35 ਸਵਾਰੀਆਂ ਬੈਠੀਆਂ ਸੀ ਅੱਗੇ ਆ ਕੇ ਬੱਸ ਮਤਲਬ ਅਚਾਨਕ ਹੀ ਨਹਿਰ ਦੇ ਵਿੱਚ ਡਿੱਗ ਗਈ ਮਤਲਬ ਨਹੀਂ ਮੌਕੇ 'ਤੇ ਆਏ ਹਾਂ ਸਵਾਰੀਆਂ ਬਾਹਰ ਕੱਢੀਆਂ ਵਾ ਮਤਲਬ ਹੋਸਪਿਟਲ ਭੇਜੀਆਂ ਵਾ ਮਤਲਬ ਜਾਨੀ ਦਾ ਨਿਸ਼ਾਨ ਉਹ ਨਹੀਂ ਹੋਇਆ ਮਤਲਬ ਬਚਾ ਹੀ ਆ ਹਾਂਜੀ ਪੁਲਿਸ ਮੌਕੇ 'ਚ ਪਹੁੰਚੀ ਸਰ ਹਾਂਜੀ ਸਰ ਅਟੈਂਡ ਕਰਨ ਤੋਂ ਬਾਅਦ ਬੱਸ ਜਿਹੜੀ ਆ ਉਹ ਇੱਧਰ ਨਹਿਰ ਦੇ ਲਾਗੇ ਜਿਹੜਾ ਵਾ ਉਹ ਅਚਾਨਕ ਡਿਸਬੈਲੈਂਸ ਹੋਣ ਕਰਕੇ ਜਿਹੜਾ ਉਹ ਨਹਿਰ ਦੇ ਵਿੱਚ ਗਿਰ ਗਈ ਜਿਹਦੇ ਵਿੱਚ ਕੁਛ ਬੰਦਿਆਂ ਨੂੰ ਇੰਜਰੀਜ਼ ਆਈਆਂ ਨੇ ਬਟ ਇਹ ਹੈ ਵੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਉਹਨਾਂ ਨੂੰ ਫਸਟ ਏਡ ਵਾਸਤੇ ਅਸੀਂ ਆਲਰੇਡੀ ਹੋਸਪਿਟਲਾਈਜ਼ ਕਰਵਾ ਦਿੱਤਾ ਥੈਂਕ ਯੂ ਕਿੱਥੋਂ ਜਾ ਰਹੀ ਸੀ ਬੱਸ ਇਹ ਪਨਿਆਰ ਤੋਂ ਮਰੀਥਲ ਜਾ ਰਹੀ ਸੀ ਕਿੰਨੇ ਲੋਕ ਮੌਜੂਦ ਸੀ ਐਕਚੁਲੀ ਕਨਫਰਮ ਨਹੀਂ ਹੈ ਕਿੰਨੇ ਬੰਦੇ ਸੀ ਬਟ ਆਲਮੋਸਟ ਜਿੰਨੇ ਬੰਦੇ ਸੀ ਉਹ ਸਾਰੇ ਬੱਸ 'ਚੋਂ ਕੱਢ ਦਿੱਤੇ ਗਏ ਰੈਸਕਿਊ ਕਰਕੇ ਜਿਹੜੇ ਇੰਜਰਡ ਸੀ ਉਹਨਾਂ ਨੂੰ ਅਸੀਂ ਫਸਟ ਏਡ ਵਾਸਤੇ ਹੋਸਪਿਟਲਾਈਜ਼ ਕਰਵਾ ਦਿੱਤਾ।